24,000 ਖਰਚ ਰੋਜ਼ ਦਾ, ਆਮਦਨ ਮੂਲ ਨਾ ਥੀਵੇ। ਜਿਸ ਬੰਦੇ ਨੂੰ ਇੰਨਾ ਘਾਟਾ, ਸੋ ਬੰਦਾ ਕਿਵੇਂ ਜੀਵੇ? 24,000 ਸਵਾਸ ਨੰਘੇ ਜਾਂਦੇ ਆ, ਨੰਘੇ ਤਾਂ ਪਸ਼ੂਆਂ ਦੇ ਸੱਪ ਦੇ ਵੀ ਜਾਂਦੇ ਆ, ਪਰ ਜਿਹੜੇ ਆਹ ਸਵਾਸ ਤੁਹਾਡੇ ਲੰਘ ਰਹੇ ਆ, ਸੁਰਤੀ ਜੁੜੀ ਹੈ, ਸਵਾਸ ਲੰਘ ਰਹੇ ਹੈ, ਇਹ ਸਵਾਸ ਹਜ਼ੂਰ ਦੇ ਚਰਨਾਂ ਵਿੱਚ ਢੇਰ ਲੱਗ ਰਿਹਾ ਤੁਹਾਡੇ ਸਵਾਸਾਂ ਨੂੰ। ਇਹ ਸਵਾਸਾਂ ਦਾ ਸ਼ਾਂਤੀ ਦੇ ਸਵਾਸ ਇੱਕ ਤੇਜ਼ੀ ਦੇ ਹੁੰਦੇ ਆ, 24 ਤੋਂ ਕਹਿੰਦੇ 10 ਵੱਧ ਜਾਂਦੇ ਆ, 24 ਤੋਂ 34 ਹੋ ਜਾਂਦੇ ਆ। ਜਦੋਂ ਕੋਈ ਬੇਕਾਰੀ ਹੋਵੇ, ਬੰਦਾ ਨਸ਼ਈ ਹੋਵੇ, ਤੇ ਕਹਿੰਦੇ ਕਾਮ ਕ੍ਰੋਧ ਮੋਹ ਹੰਕਾਰ ਜਦੋਂ ਫਾਜੇ ਨਾ, ਬੰਦਾ ਉਦੋਂ 64,000 ਸਵਾਸ ਚੱਲਣ ਲੱਗ ਜਾਂਦੇ। ਜਦੋਂ 64,000 ਚੱਲਣ ਲੱਗ ਜਾਵੇ, ਉਦੋਂ ਕਹਿੰਦੇ ਹਾਰਟ ਦਾ ਦੌਰਾ ਪੈ ਜਾਂਦਾ, ਉਹਨੂੰ ਮਰ ਜਾਂਦਾ ਬੰਦਾ, ਬਸ ਉਦੂਗਾ ਖਤਮ ਹੈ, ਉਦੂਗਾ ਸਵਾਸ ਉਹਦੇ ਚੱਲਦੇ ਨਹੀਂ, ਦਿਲ ਪਾੜ ਜਾਂਦਾ ਉਹਦਾ, ਬੇਕਾਰੀ ਬੰਦਾ। ਅਤੇ ਹਜ਼ੂਰ ਪਾਤਸ਼ਾਹ ਜੀ ਮੋਹਰ ਲਾਉਂਦੇ ਆ, ਆਪਣੇ ਹੁਣ ਇੱਥੇ ਬੈਠਿਆਂ ਦੇ ਹੁਣ ਬੈਠੇ ਹਾਂ, ਬਚਨ ਸੁਣੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਬਾਲੇ ਸਹਿਜ ਨਾਲ ਚੱਲੇ ਸਵਾਸ, ਸੁਣਨ ਵਾਲੇ ਸਵਾਸ ਹੈ ਵੀ ਸੁਣ ਰਹੇ ਹਾਂ। ਹੁਣ ਆਪਣੇ ਨਾ 18,000 ਚੱਲ ਰਹੇ, ਊਂ ਸਵਾਸਾਂ ਨੂੰ ਬਰੇਕ ਲੱਗਣ ਵਾਲੀ ਕੋਈ ਵੀ ਚੀਜ਼ ਨਹੀਂ ਹੈ ਦੁਨੀਆਂ 'ਤੇ, ਤੇਜ਼ੀ ਆ ਬਸ, ਗੱਡੀਆਂ ਮੋਟਰਸਾਈਕਲ ਹੋਰ ਸਭ ਕੁਛ ਤੇਜ਼ ਚੱਲਦਾ, ਉਹਦੇ ਮੁਤਾਬਕ ਬੰਦੇ ਦੀ ਸੁਰਤੀ ਵੀ ਚੱਲਦੀ ਹੈ, ਸੁਰਤੀ ਦੇ ਮੁਤਾਬਕ ਸਵਾਸ ਵੀ ਤੇਜ਼ ਫੜ ਜਾਂਦੇ ਆ, ਤੇਜ਼ੀ ਤਾਂ ਹੀ ਬਿਮਾਰੀ ਵੱਧਦੀ ਹੈ। ਇਵੇਂ ਸਭ ਤੋਂ ਸਵਾਸ ਹੌਲੀ ਫਿਰ ਇਸ ਘਰ ਵਿੱਚ ਚੱਲਦੀ ਹੈ, ਬਰੇਕ ਹੈ ਬਾਣੀ ਇਸ ਦਰਬਾਰ ਵਿੱਚ, ਹੁਣ ਸਹਿਜ ਨਾਲ ਚੱਲਦੇ ਆਪਣੇ ਸਵਾਸ। ਜਿੱਥੇ 24,000 ਚੱਲਣਾ ਸੀ ਉੱਥੇ 18,000 ਚੱਲਦੇ ਆ, 18,000 ਜਿਹਦੇ ਸਵਾਸ ਚੱਲਦੇ ਆ, ਅਨੇਕਾਂ ਰੋਗਾਂ ਦਾ ਨਾਸ਼ ਹੋ ਜਾਂਦਾ, ਅਨੇਕਾਂ ਬਿਮਾਰੀਆਂ, ਗੋਲੀਆਂ, ਉਹਦਾ ਹਾਰਟ ਦਾ ਨੁਕਸ ਜਾਂ ਹੋਰ ਕੋਈ ਨੁਕਸ ਹੈ ਜਿਹੜੇ ਅੰਦਰਲੇ ਵੱਡੇ ਵੱਡੇ ਨੁਕਸ, ਜਾਂ ਦਿਮਾਗ ਦੀ ਅਪਸਿੱਟੀ ਪਰੇਸ਼ਾਨੀ, ਜਾਂ ਬਲੱਡ ਵੱਧ ਜਾਣਾ, ਇਵੇਂ ਇਹੋ ਜਿਹੇ ਨੁਕਸ ਹੈ ਜਿਹੜੇ ਵੱਡੇ ਵੱਡੇ, ਇਹ ਦਰਬਾਰ ਵਿੱਚ ਸੰਗਤ ਕਰਨ ਵਾਲੇ ਦੇ ਹੌਲੀ ਖੂਨ ਦਾ ਸਰਕਟ ਹੈ ਹੌਲੀ ਹੋ ਜਾਂਦਾ, ਜਾਣੀ ਹੌਲੀ ਹੌਲੀ ਸਰੀਰ ਠੰਡਾ ਪੈ ਜਾਂਦਾ, ਇਹ ਦਰਬਾਰ ਵਿੱਚ ਆਣ ਕੇ ਖੂਨ ਠੰਡਾ ਪੈ ਜਾਂਦਾ। ਖੂਨ ਜਿਵੇਂ ਚੱਲਣਾ ਉਸ ਰਫਤਾਰ ਨਾਲ ਚੱਲਣ ਲੱਗ ਜਾਂਦਾ ਦਰਬਾਰ ਵਿੱਚ ਆਣ ਕੇ। ਮੇਰਾ ਵੈਦ ਗੁਰੂ ਗੋਬਿੰਦਾ, ਇਹ ਵੈਦਗੀ ਦਰਬਾਰ ਹੈ, ਇਸ ਕਰਕੇ ਹਜ਼ੂਰ ਮੋਹਰ ਲਾਉਂਦੇ ਆ। ਕਥਾ ਕੀਰਤਨ ਸੁਖਦਾਈ, ਗੁਰਪੂਰੇ ਕੀ ਬਾਣੀ, ਜਦੋਂ ਬਾਣੀ ਸੁਣੋਗੇ ਜਪ ਆਨੰਦ ਕਰੋ ਨਿਤ ਪ੍ਰਾਣੀ।